ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੀਲ ਦੀ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਮੋਦੀ ਨੇ ਦੱਸਿਆ ਅਜਿਹਾ ਪਲਾਨ ਹੋਣ ਹਰ ਕਿਸੇ ਨੂੰ ਮਿਲੇਗਾ ਰੋਜ਼ਗਾਰ ਹੋ ਜਾਓ ਤਿਆਰ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੇਕਰ ਭਾਰਤ ਦੇ ਲੋਕਾਂ ਨੂੰ ਸਸਤੀਆਂ ਦਵਾਈਆਂ ਵੀ ਮਿਲੇ ਆ ਟੀਮ ਹਜ਼ਾਰ ਲੋਕਾਂ ਨੂੰ ਇਸੇ ਕੰਮ ਤੋਂ ਰੋਜ਼ਗਾਰ ਵੀ ਮਿਲ ਜਾਵੇ ਇਸ ਸਬੰਧਤ ਵਿੱਚ ਪ੍ਰਧਾਨ ਮੰਤਰੀ ਅੰਦਰ ਮੋਦੀ ਨੇ ਵੀਰਵਾਰ ਨੂੰ ਹਿਮਾਚਲ ਦੇ ਊਣਾ ਵਿੱਚ ਮਾਸਟਰ ਪਲਾਨ ਸਾਂਝਾ ਕੀਤਾ ਅਜਹਰੋਲੀ ਚ ਬਲਕ ਡਰੱਗ ਪਾਕ ਦਾ ਨੀਂਹ ਪੱਥਰ ਰੱਖਦਿਆ ਉਹਨਾਂ ਸਰਕਾਰ ਦੀ ਯੋਜਨਾ ਬਾਰੇ ਦੱਸਿਆ ਇਹ ਤੇ ਪਾਕ ਕਰੀਬ 3 ਸਾਲ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਦਵਾਈਆਂ ਬਣਾਉਣ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ ਜਿਸ ਨੂੰ ਏਬੀਆਈ ਕਿਹਾ ਜਾਂਦਾ ਹੈ ਬਲੈਕ ਡਰੱਗ ਪਾਕ ਚ ਤਿਆਰ ਕੀਤਾ ਜਾਏਗਾ ਕਿਉਂਕਿ ਭਾਰਤ ਵਿੱਚ ਇਸ ਵੇਲੇ ਦਵਾਈਆਂ ਦੀ ਸਪਲਾਈ ਲਈ ਕੱਚੇ ਮਾਲ ਦੀਆਂ ਲੋੜਾਂ ਲਈ ਵਿਦੇਸ਼ਾਂ ਤੇ ਨਿਰਭਰ ਹੈ ਦਵਾਈਆਂ ਮਹਿੰਗਿਆ ਰਹੇ ਜੇਕਰ ਭਾਰਤ ਆਪਣੀ ਜ਼ਰੂਰਤਾਂ ਲਈ ਵਿਦੇਸ਼ੀ ਕੱਚੇ ਮਾਲ ਦੀ ਨਿਰਭਰਤਾ ਘਟਾਉਂਦਾ ਹੈ ਤਾਂ ਲਾਗਤ ਵੱਧ ਜਾਂਦੀ ਹੈ। ਇੰਨੇ ਵੱਡੇ ਪੱਧਰ ਤੇ ਕੱਚੇ ਮਾਲ ਦੇ ਦਵਾਈਆਂ ਦੇ ਨਿਰਮਾਣ ਕਰਨ ਲਈ ਵੀ ਮਨੁੱਖੀ ਸ਼ਕਤੀ ਦੀ ਲੋੜ ਪਵੇਗੀ। ਇਹ ਲੋੜ ਭਾਗ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪੈਦਾ karenge। ਸਰਕਾਰ ਦਾ ਅੰਦਾਜ਼ਾ ਹੈ ਕਿ 1405 ਏਕੜ ਤੇ ਬਣਨ ਵਾਲੇ ਇਸ ਭਾਗ ਦੇ ਕਰੀਬ 1900 ਕੋਰ ਰੁਪਏ ਦੀ ਲਾਗਤ ਆਏਗੀ ਤੇ 1 ਸਾਲ ਦੇ ਵਿੱਚ ਇਸ ਨੂੰ ਬਨਣ ਤੇ 3 ਸਾਲ ਲੱਗ ਜਾਣਗੇ ਅਤੇ 10000 ਕੋਰ ਰੁਪਏ ਦਾ ਵਾਦਨ ਵੀ ਸ਼ਾ ਸਕਦਾ ਹੈ ਕੰਮ ਸ਼ੁਰੂ ਹੋਣ ਦੇ ਕਰੀਬ ਤੇ 20000 ਲੋਕਾਂ ਨੂੰ ਰੋਜ਼ਗਾਰ ਮਿਲੇਗਾ ਬਾਕੀ ਖਬਰਾਂ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ